ਹੈਲੋ ਦੋਸਤੋ ਕੀ ਹਾਲ ਚਾਲ ਆ ਵੈਲਕਮ ਟੂ ਯੂਅਰ ਓਨ YouTube ਚੈਨਲ ਦੋਸਤੋ ਜੇਕਰ ਤੁਸੀਂ ਜੀਕੇ ਅਤੇ ਪੰਜਾਬੀ ਬੁਝਾਰਤਾਂ ਪਸੰਦ ਕਰਦੇ ਹੋ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਕਿਉਂਕਿ ਇਸ ਵੀਡੀਓ ਵਿੱਚ ਇੰਟਰਸਟਿੰਗ ਜੀਕੇ ਦੇ 15 ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਨਾਲ ਹੀ ਪੰਜਾਬੀ ਬੁਝਾਰਤਾਂ ਵੀ ਸ਼ੇਅਰ ਕੀਤੀਆਂ ਜਾਣਗੀਆਂ ਦੋਸਤੋ ਜੇਕਰ ਤੁਹਾਨੂੰ ਸਵਾਲ ਦਾ ਜਵਾਬ ਆਉਂਦਾ ਹੋਵੇ ਤਾਂ ਤੁਸੀਂ ਵੀਡੀਓ ਨੂੰ ਰੋਕ ਕੇ ਜਵਾਬ ਕਮੈਂਟ ਜਰੂਰ ਕਰਿਓ ਚਲੋ ਫਿਰ ਸ਼ੁਰੂ ਕਰਦੇ ਹਾਂ ਸਸਿਕਲ ਦੋਸਤੋ ਅੱਜ ਦਾ ਪਹਿਲਾ ਸਵਾਲ ਟਾਈਟੈਨਿਕ ਜਹਾਜ਼ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਿਆ ਸੀ ਦੋਸਤੋ ਜੇਕਰ ਤੁਹਾਨੂੰ ਕਿਸੇ ਵੀ ਸਵਾਲ ਦਾ ਜਵਾਬ ਆਉਂਦਾ ਹੋਵੇ ਤਾਂ ਤੁਸੀਂ ਵੀਡੀਓ ਪਾਜ਼ ਕਰਕੇ ਆਪਣਾ ਜਵਾਬ ਕਮੈਂਟ ਜ਼ਰੂਰ ਕਰਿਓ ਇਸ ਦਾ ਜਵਾਬ ਹੈ ਜੀ 25 ਤੋਂ 27 ਮਹੀਨੇ ਸਵਾਲ ਨੰਬਰ 2 ਕਿਸ ਦੇਸ਼ ਵਿੱਚ ਇੰਟਰਨੈਟ ਦਾ ਇਸਤੇਮਾਲ ਕਰਨਾ ਕਾਨੂੰਨੀ ਜੁਰਮ ਹੈ ਇਸ ਦਾ ਜਵਾਬ ਹੈ ਜੀ ਬਰਮਾ ਵਿੱਚ ਸਵਾਲ ਨੰਬਰ 3 ਆਦਿ ਮਾਰਮ ਨੇ ਸਭ ਤੋਂ ਪਹਿਲਾਂ ਕਿਸ ਜਾਨਵਰ ਨੂੰ ਪਾਲਿਆ ਸੀ ਸਹੀ ਜਵਾਬ ਕੁੱਤੇ ਨੂੰ ਸਵਾਲ ਨੰਬਰ 4 ਫਰਿੱਜ ਵਿੱਚ ਕਿਹੜੀ ਗੈਸ ਹੁੰਦੀ ਹੈ ਸਹੀ ਜਵਾਬ ਅਮੋਨੀਆ ਗੈਸ ਸਵਾਲ ਨੰਬਰ 5 ਮਨੁੱਖ ਦਾ ਦਿਮਾਗ ਕਿੰਨੇ ਸਾਲ ਦੀ ਉਮਰ ਤੱਕ ਹੀ ਵੱਧਦਾ ਹੈ ਸਹੀ ਜਵਾਬ 40 ਸਾਲ ਸਵਾਲ ਨੰਬਰ 6 ਦੁਨੀਆ ਦੀ ਸਭ ਤੋਂ ਉੱਚੀ ਰਾਜਧਾਨੀ ਕਿਸ ਦੇਸ਼ ਦੀ ਹੈ ਇਸ ਦਾ ਜਵਾਬ ਹੈ ਜੀ ਬੋਲੀਵੀਆ ਸਵਾਲ ਨੰਬਰ 7 ਉਹ ਕੀ ਹੈ ਜਿਸ ਦੇ ਚਾਰ ਉਂਗਲਾਂ ਅਤੇ ਇੱਕ ਅੰਗੂਠਾ ਹੈ ਪਰ ਜਾਣ ਬਿਲਕੁਲ ਵੀ ਨਹੀਂ ਹੈ ਇਸ ਦਾ ਜਵਾਬ ਹੈ ਜੀ ਦਸਤਾਨਾ ਸਵਾਲ ਨੰਬਰ 8 ਉਹ ਕੌਣ ਹੈ ਜਿਸ ਨੂੰ ਡੁੱਬਦੇ ਦੇਖ ਕੋਈ ਵੀ ਬਚਾਉਣ ਨਹੀਂ ਆਉਂਦਾ ਇਸ ਦਾ ਜਵਾਬ ਹੈ ਜੀ ਸੂਰਜ ਸਵਾਲ ਨੰਬਰ 9 ਵਾਸਕੋ ਦਾ ਗਾਮਾ ਭਾਰਤ ਕਦੋਂ ਆਇਆ ਸੀ ਇਸਦਾ ਜਵਾਬ ਹੈ ਜੀ 2 ਮਈ 1498 ਈਸਵੀ ਵਿੱਚ ਸਵਾਲ ਨੰਬਰ 10 ਚਿੱਟੇ ਰੰਗ ਦਾ ਹਾਥੀ ਕਿਸ ਦੇਸ਼ ਵਿੱਚ ਪਾਇਆ ਜਾਂਦਾ ਹੈ ਸਹੀ ਜਵਾਬ ਹੈ ਜੀ THAILAND ਵਿੱਚ ਸਵਾਲ ਨੰਬਰ 11 ਇੰਗਲਿਸ਼ ਵਿੱਚ E ਤੋਂ ਬਾਅਦ ਵਿੱਚ ਕੀ ਆਉਂਦਾ ਹੈ ਸਹੀਤ ਬਾਬਾ ਜੀ ਐਨ ਸਵਾਲ ਨੰਬਰ 12 ਅਜਿਹੀ ਕਿਹੜੀ ਚੀਜ਼ ਹੈ ਜੋ ਟੁੱਟ ਜਾਣ ਤੋਂ ਬਾਅਦ ਹੀ ਕੰਮ ਆਉਂਦੀ ਹੈ ਇਸਦਾ ਜਵਾਬ ਹੈ ਜੀ ਅੰਡਾ ਸਵਾਲ ਨੰਬਰ 13 ਲੜਕੀ ਦੇ ਸਰੀਰ ਦਾ ਕਿਹੜਾ ਅੰਗ ਹਰ ਦੋ ਮਹੀਨੇ ਬਾਅਦ ਬਦਲ ਜਾਂਦਾ ਹੈ ਇਸਦਾ ਜਵਾਬ ਹੈ ਜੀ ਆਈ ਬ੍ਰੋ ਸਵਾਲ ਨੰਬਰ 14 ਦੁਨੀਆ ਦੀ ਪਹਿਲੀ ਕਾਰ ਕਿਸ ਨੇ ਬਣਾਈ ਸੀ ਸਹੀ ਜਵਾਬ ਹੈ ਜੀ Karl Benz ਨੇ ਸਵਾਲ ਨੰਬਰ 15 ਅਜਿਹੀ ਕਿਹੜੀ ਚੀਜ਼ ਹੈ ਜੋ ਠੰਡ ਵਿੱਚ ਵੀ ਪਿੰਗਲਦੀ ਰਹਿੰਦੀ ਹੈ ਸਹੀ ਜਵਾਬ ਮੋਮਬੱਤੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣਾ ਪਸੰਦ ਕਰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਵੈਲ ਵਾਲੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ ਤਾਂ ਜੋ ਆਉਣ ਵਾਲੇ ਹਰ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਤੱਕ ਪਹੁੰਚ ਸਕੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ